ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਖਾਸ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਹਰ ਵੱਡੀ ਅਤੇ ਛੋਟੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਚੂ ਕਰੋਨਾ ਦੇ ਮਲੇ 1293 ਮਾਮਲੇ ਹੋਈਆਂ 49 ਮੌਤਾਂ ਪੰਜਾਬ ਦੇ ਮਾਮਲੇ ਪੰਜਾਬ ਦੇ ਵਿੱਚ ਜਿਹੜੇ ਕਰੋਨਾ ਦੇ ਉਹ ਲਗਾਤਾਰ ਵਧਦੇ ਜਾ ਰਹੇ ਹਨ ਮੰਗਲਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਸੂਬੇ ਦੇ ਵਿੱਚ ਕਰੋਨਾ ਦੇ 1293 ਮਾਮਲੇ ਸਾਹਮਣੇ ਆਏ ਹਨ ਉੱਥੇ ਹੀ 49 ਮੌਤਾਂ ਹੋਈਆਂ ਅੱਜ ਸਾਹਮਣੇ ਆਏ ਮਾਮਲਿਆਂ ਦੇ ਵਿੱਚੋਂ ਸਭ ਤੋਂ ਵੱਧ ਮਰੀਜ਼ ਲੁਧਿਆਣਾ ਦੇ ਵਿੱਚ 175 ਪਟਿਆਲਾ ਚ 140 ਤੇ ਗਰਦਾਸਪੁਰ ਦੇ ਵਿੱਚ 149 ਤੇ ਜਲੰਧਰ ਦੇ ਵਿੱਚ 119 ਮਾਮਲੇ ਜਿਹੜੇ ਦਰਜ ਕੀਤੇ ਗਏ ਹਨ ਹਾਲਾਂਕਿ ਰਿਪੋਰਟਾਂ ਮਿਲਣ ਦੇ ਤੱਕ ਕੁਝ ਰਿਪੋਰਟਾਂ ਆਉਣੀਆਂ ਪੈਂਡਿੰਗ ਹਨ ਮੁਹਾਲੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ 154 ਮਾਮਲੇ ਸਾਹਮਣੇ ਆਏ ਹਨ ਰਾਹਤ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਵਿੱਚੋਂ 788 ਮਰੀਜ਼ ਠੀਕ ਹੋਣ ਮਗਰੋਂ ਹਸਪਤਾਲੋਂ ਛੁੱਟੀ ਲੈ ਕੇ ਘਰਾਂ ਨੂੰ ਗਏ ਚਲੇ ਹਨ ਇਸ ਸਮੇਂ ਕਰੋਨਾ ਦੇ 14254 ਮਾਮਲੇ ਹਨ ਜਿਨ੍ਹਾਂ ਦੇ ਵਿੱਚੋਂ ਵੱਖ-ਵੱਖ ਹਸਪਤਾਲਾਂ ਦਾ ਜਿੱਥੇ ਇਲਾਜ ਚੱਲ ਰਿਹਾ ਉਹਨਾਂ ਦੇ ਵਿੱਚੋਂ 499 ਮਰੀਜ਼ ਆਕਸੀਜਨ 'ਤੇ ਹਨ ਜਦਕਿ 55 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ ਖਾਲਿਸਤਾਨੀ ਖਾੜਕੂ ਜਗ ਮੋਹਨ ਸਿੰਘ ਬੱਸੀ ਪਠਾਨਾ ਨੂੰ ਰਾਜਸਥਾਨ ਦੀ ਅਦਾਲਤ ਨੇ ਦਿੱਤੀ 8 ਉਮਰ ਕੈਦਾਂ ਦੀ ਸਜ਼ਾ ਬੱਬਰ ਖਾਲਸਾ ਦੇ ਖੜਕੂ ਜਗ ਮੋਹਨ ਸਿੰਘ ਵਸੀ ਪਠਾਨਾ ਨੂੰ ਰਾਜਸਥਾਨ ਦੀ ਬਾੜਮੇਲ ਅਦਾਲਤ ਨੇ ਯੂਏਪੀਏ ਕਾਨੂੰਨ ਅਤੇ ਐਕਸਪਲੋਸਿਵ ਐਕਟ ਦੀਆਂ ਧਰਾਵਾਂ ਦੇ ਅਧੀਨ 8 ਉਮਰ ਕੈਦਾਂ ਦੀ ਸਜ਼ਾ ਇਕੱਠੀ ਸੁਣਾਈਆ ਇਹ 8 ਉਮਰ ਕੈਦਾਂ 14 ਸਾਲ ਇਕੱਠੀਆਂ ਚੱਲਣਗੀਆਂ ਕੇਸ ਦੀ ਜਾਣਕਾਰੀ ਦੇ ਮੁਤਾਬਕ 2010 ਵਿੱਚ ਪਾਕਿਸਤਾਨ ਤੋਂ ਹਥਿਆਰ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਰਾਜਸਥਾਨ ਵਿੱਚ ਆਈ ਸੀ ਜਿਸ ਨੂੰ ਜਗ ਮੋਹਨ ਸਿੰਘ ਬੱਸੀ ਪਠਾਣਾ ਲੈਣ ਗਿਆ ਸੀ ਇਸ ਕੇਸ ਦੇ ਵਿੱਚ ਮੁੱਖ ਦੋਸ਼ੀ ਸੋਡਾਖਾਨ ਅਤੇ ਉਸ ਦੇ 9 ਹੋਰ ਸਾਥੀਆਂ ਨੂੰ ਵੀ ਇਹ ਸਜ਼ਾ ਸੁਣਾਈ ਗਈ ਆ ਸਜ਼ਾ ਯਾਫਤਾ ਸੋਡਖਾਨ ਸਮੇਤ ਬਾਕੀ ਸਾਰੇ ਮੁਸਲਮਾਨ ਹਨ ਤੇ ਬਾੜਮੇਰ ਇਲਾਕੇ ਦੇ ਹੀ ਰਿਹਾ ਬਚੰਦੇ ਹਨ ਜ਼ਿਕਰਯੋਗ ਹੈ ਕਿ ਜਗ ਮੋਹਨ ਸਿੰਘ ਵਾਸੀ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਪਹਿਲਾਂ ਵੀ ਮੁਹਾਲੀ ਅਦਾਲਤ ਨੇ ਯੂਏਪੀਏ ਕਾਨੂੰਨ ਵਿੱਚ 10 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਦੇ ਵਿੱਚੋਂ ਉਹ ਹਾਈ ਕੋਰਟ ਵਿੱਚ ਬਰੀ ਹੋ ਗਿਆ ਸੀ ਇਸ ਤੋਂ ਇਲਾਵਾ ਜਗ ਮੋਹਨ ਸਿੰਘ ਨੂੰ ਪਹਿਲਾਂ ਆਰਐਸਐਸ ਆਗੂ ਰੁਲਦਾ ਸਿੰਘ ਦੇ ਕਤਲ ਵਿੱਚ ਵੀ ਗ੍ਰਿਫਤਾਰ ਕੀਤਾ ਸੀ ਉਸ ਦੇ ਵਿੱਚੋਂ ਵੀ ਉਹ ਬਰੀ ਹੋ ਗਿਆ ਸੀ ਹੁਣ ਰਾਜਸਥਾਨ ਦੀ ਬਾੜਮੇਰ ਸੈਸ਼ਨ ਕੋਰਟ ਨੇ ਤਮਾਕਾ ਖੇਜ ਸਮਗਰੀ ਐਕਟ ਦੀਆਂ ਧਰਾਵਾਂ 4 5 6 ਅਸਲਾ ਐਕਟ ਦੀਆਂ 3 25 7 25 29 ਤੋਂ ਇਲਾਵਾ ਯੂਏਪੀ ਦੀਆਂ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ 8 ਉਮਰ ਕੈਦਾਂ ਦੀ ਸਜ਼ਾ ਜਿਹੜੀ ਇਕੱਠੀ ਦੇ ਦਿੰਦੀ ਹੈ PMO ਨੇ ਨਹੀਂ ਦਿੱਤੇ PM ਕੇਅਰ ਫੰਡ ਨਾਲ ਜੁੜੇ ਸਵਾਲਾਂ ਦੇ ਜਵਾਬ ਕਿਹਾ ਨਹੀਂ ਰੱਖਦੇ ਰਿਕਾਰਡ ਪ੍ਰਧਾਨ ਮੰਤਰੀ ਦਫ਼ਤਰ ਸੂਚਨਾ ਦੇ ਅਧਿਕਾਰ RTI ਦੇ ਤਹਿਤ ਪੁੱਛੇ गए ਇੱਕ ਸਵਾਲ ਦਾ ਰਿਕਾਰਡ ਰੱਖਦਾ ਹੈ ਪਰ PM ਕੇਅਰ ਫੰਡ ਨਾਲ ਜੁੜੀਆਂ ਪਟੀਸ਼ਨਾਂ ਦਾ ਰਿਕਾਰਡ ਨਹੀਂ ਰੱਖਦਾ ਇਹ ਜਾਣਕਾਰੀ ਖੁਦ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਦਰਜ RTI ਦੇ ਜਵਾਬ ਤੋਂ ਦਿੱਤੀ ਗਈ ਹੈ ਪੁੱਛਿਆ ਗਿਆ ਸੀ ਕਿ 1 ਮਾਰਚ 2020 ਤੱਕ ਹੁਣ ਕਿੰਨੀਆਂ RTIਆਂ ਅਰਜ਼ੀਆਂ ਪ੍ਰਸ਼ਨ ਪੀਐਮਓ ਨੂੰ ਪ੍ਰਾਪਤ ਹੋਏ ਹਨ ਪ੍ਰਾਪਤ ਅਰਜ਼ੀਆਂ ਦੀ ਜਾਣਕਾਰੀ ਪ੍ਰਦਾਨ ਕਰੋ ਉਸ ਤੋਂ ਬਾਅਦ 4 ਮਹੀਨੇ ਚੋਂ ਪੀਐਮਓ ਨੂੰ 3852 ਅਰਜ਼ੀਆਂ ਮਿਲੀਆਂ ਹਨ ਹਰ ਰੋਜ਼ 32 ਅਰਜ਼ੀਆਂ ਪੀਐਮਓ ਨੂੰ ਪ੍ਰਾਪਤ ਹੋਈਆਂ ਹਨ ਅਰਜ਼ੀਆਂ ਚੋਂ ਪੀਐਮਓ ਕੇਅਰ ਫੰਡ ਤੇ ਆਰਟੀਆਈ ਪਟੀਸ਼ਨਾਂ ਬਾਰੇ ਗਿਣਤੀ ਵੀ ਪੁੱਛੀ ਗਈ ਇਸ ਤੇ ਪੀਐਮਓ ਨੇ ਜਵਾਬ ਹੈ ਕਿ ਜਿਸ ਫਾਰਮੈਟ ਚ ਤੁਸੀਂ ਜਾਣਕਾਰੀ ਮੰਗ ਰਹੇ ਹੋ ਉਸ ਫਾਰਮੈਟ ਦੇ ਵਿੱਚ ਦਫ਼ਤਰ ਇਹ ਜਾਣਕਾਰੀ ਨਹੀਂ ਰੱਖਦਾ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਗੁਰਪ੍ਰਤਾਪ ਵਡਾਲਾ ਨੂੰ ਵੀ ਹੋਇਆ ਕਰੋਨਾ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਖਬਰ ਵੱਲ ਰੁੱਖ ਕਰਨ ਤੋਂ ਪਹਿਲਾਂ ਤੁਹਾਨੂੰ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਤੋਂ ਜਿੱਥੇ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਉੱਥੇ ਹੀ ਹੁਣ ਕਈ ਸਿਆਸੀ ਆਗੂ ਵੀ ਕਰੋਨਾ ਦੀ ਲਪੇਟ ਤੋਂ ਆਣੇ ਸ਼ੁਰੂ ਹੋ ਗਏ ਹਨ ਅੱਜ ਨਕੌਦਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਹਾਲਾਂਕਿ ਉਹਨਾਂ ਵਿੱਚ ਕੋਈ ਵੀ ਕਰੋਨਾ ਵਾਇਰਸ ਦਾ ਲੱਛਣ ਨਹੀਂ ਹੈ कोरोना रिपोर्ट पॉजिटिव ਆਣ ਤੋਂ ਬਾਅਦ ਵਿਧਾਇਕ ਵਡਾਲਾ ਨੇ ਖੁਦ ਨੂੰ ਆਪਣੇ ਘਰ ਦੇ ਵਿੱਚ ਕੁਆਰੰਟਾਈਨ ਕਰ ਲਿਆ ਪੰਜਾਬ ਮੰਤਰੀ ਮੰਡਲ ਵੱਲੋਂ ਤਰਨਤਾਰਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਆਫ ਲਾਅ ਸਥਾਪਿਤ ਕਰਨ ਦੀ ਮਨਜ਼ੂਰੀ ਪੰਜਾਬ ਮੰਤਰੀ ਮੰਡਲ ਨੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵਾਂ ਪ੍ਰਕਾਸ਼ ਮਨਾਉਣ ਦੇ ਹਿੱਸੇ ਵਜੋਂ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚ ਇੱਕ ਲਾ ਯੂਨੀਵਰਸਿਟੀ ਸਥਾਪਿਤ ਕਰਨ ਦਾ ਰਾ ਪਧਰਾ ਕਰ ਦਿੱਤਾ ਜਿਸ ਦੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਐਲਾਨ ਕੀਤਾ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਦੇ ਹੇਠ ਮੰਤਰੀ ਮੰਡਲ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾ ਬਿਲ 2020 ਨੂੰ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਬਿਲ ਦਾ ਖਰੜਾ ਉੱਚੇਰੀ ਸਿੱਖਿਆ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਕਾਨੂੰਨੀ ਸਿੱਖਿਆ ਦੇ ਵਿਕਾਸ ਉન્નਤੀ ਅਤੇ ਕਾਨੂੰਨ ਦੇ ਖੇਤਰ ਤੇ ਸੰਬੰਧਿਤ ਮਾਮਲਿਆਂ ਤੇ ਵਿਸ਼ੇਸ਼ ਯੋਜਨਾਬੱਧ ਨਿਰਦੇਸ਼ ਖੋਜ ਅਤੇ ਸਿਖਲਾਈ ਪ੍ਰਦਾਨ ਕਰਨ ਦੇ ਉਦੇਸ਼ ਦੇ ਨਾਲ ਇੱਕ ਸਟੇਟ ਯੂਨੀਵਰਸਿਟੀ ਸਥਾਪਿਤ ਕਰਨਾ ਹੈ ਸੀਆਈਏ ਸਟਾਫ ਨੇ ਰੇਤਾ ਦੀ ਨਜਾਇਜ਼ ਮਾਈਨਿੰਗ ਕਰਦੇ ਤਿੰਨ ਵਿਅਕਤੀ ਕੀਤੇ ਕਾਬੂ ਬਰਨਾਲਾ ਤੋਂ ਖਬਰ ਆ ਰਹੀ ਹੈ ਜੀ ਬਰਨਾਲਾ ਦੇ ਸੀਆਈਏ ਸਟਾਫ ਤੇ ਤਨਹੋਲਾ ਪੁਲਿਸ ਨੇ ਇੱਕ ਖੇਤ ਵਿੱਚ ਮਿੱਟੀ ਅਤੇ ਰੇਤਾ ਦੀ ਨਜਾਇਜ਼ ਮਾਈਨਿੰਗ ਕਰਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਦਕਿ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ਇਸ ਦੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਨੌਲਾ ਦੀ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਇਨਚਾਰਜ ਬਲਜੀਤ ਸਿੰਘ ਅਤੇ ਤਨੌਲਾ ਪੁਲਿਸ ਨੂੰ ਮੁਖਬਰ ਵੱਲੋਂ ਸੂਚਨਾ ਮਿਲੀ ਕਿ ਪਿੰਡ ਅਸਪਾਲ ਕਲਾ ਖੁਰਦ ਵਿਖੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਰੇਤਾ ਦੀ ਗੈਰ ਕਾਨੂੰਨੀ ਤੌਰ ਤੇ ਨਿਕਾਸੀ ਹੋ ਰਹੀ ਹੈ ਜਦ ਮੌਕੇ ਤੇ ਛਾਪੇਮਾਰੀ ਕੀਤੀ ਗਈ ਤਾਂ ਇੱਕ ਟਰਾਲੀ ਵੀ ਖੜੀ ਹੋਈ ਸੀ ਤੇ ਇੱਕ ਟਿਪਰ ਪੋਕਲਾਈਨ ਵੀ ਉੱਥੇ ਖੜੇ ਹੋਏ ਸਨ ਪੰਜਾਬ ਮੰਤਰੀ ਮੰਡਲ ਵੱਲੋਂ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਚ 5 ਆਰਡੀਨੇਸਾਂ ਨੂੰ ਪੇਸ਼ ਕੀਤੇ ਜਾਣ ਦੀ ਪ੍ਰਵਾਨਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਦੀ ਅਗਵਾਈ ਚ ਪੰਜਾਬ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਦੁਆਰਾ ਪਹਿਲਾਂ ਜਾਰੀ ਕੀਤੇ ਗਏ 5 ਆਰਡੀਨੇਸਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿੱਚ ਪੇਸ਼ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਨ੍ਹਾਂ ਵਿੱਚ ਪ੍ਰਾਈਵੇਟ ਕਲੀਨਿਕਾਂ ਨੂੰ ਨਿਯਮਤ ਕਰਨ ਕੋਵਿਡ ਮਹਾਮਾਰੀ ਦਰਮਿਆਨ ਕੁਝ ਕੈਦੀਆਂ ਦੀ ਆਰ ਜੀ ਰਿਹਾਈ ਨਿੱਜੀ ਨਸ਼ਾ ਛਡਾਊ ਕੇਂਦਰਾਂ ਦੁਆਰਾ ਦਵਾਈਆਂ ਦੀ ਵੰਡ ਨੂੰ ਨਿਯਮਤ ਕਰਨ ਉਦਯੋਗਿਕ ਝਗੜਿਆਂ ਅਤੇ ਬਾਲ ਮਜ਼ਦੂਰੀ ਨਾਲ ਸੰਬੰਧਿਤ ਬਿੱਲ ਸ਼ਾਮਲ ਹਨ ਪੰਜਾਬ ਕਲੀਨਿਕ ਸਤਾਫਤੀ ਰਜਿਸਟ੍ਰੇਸ਼ਨ ਤੇ ਰੈਗੂਲੇਸ਼ਨ ਆਰਡੀਨੈਂਸ 2020 ਕਿਉਂ ਜੋ ਪੰਜਾਬ ਦੇ ਵਿੱਚ ਨਿੱਜੀ ਕਲੀਨਿਕਾਂ ਦੀ ਸਥਾਪਤੀ ਨੂੰ ਨਿਯਮਤ ਤੇ ਰਜਿਸਟਰ ਕਰਨ ਸਬੰਧੀ ਮੌਜੂਦਾ ਸਮੇਂ ਕੋਈ ਕਾਨੂੰਨੀ ਆ ਇਸ ਆਰਡੀਨੈਂਸ ਦੇ ਲਾਗੂ ਕਰਨ ਦਾ ਮੰਤਵ ਕਲੀਨਿਕ ਆਧਾਰਿਆਂ ਨੂੰ ਨਿਯਮਤ ਪ੍ਰਬੰਧ ਹੇਠਾਂ ਲਿਆਉਣਾ ਹੈ ਤਾਂ ਜੋ ਇਹਨਾਂ ਦੇ ਕੰਮ ਕਾਜ ਨੂੰ ਪਾਰਦਰਸ਼ੀ ਯਕੀਨੀ ਬਣਾਇਆ ਜਾ ਸਕੇ ਪੰਜਾਬ ਗੁੱਡ ਕੰਡਕਟ ਪ੍ਰिजन ਸੂਡ ਐਕਟ ਸੋ ਕੋਵਿਡ ਮਹਾਮਾਰੀ ਦੇ ਪੈਦਾ ਹੋਏ ਹਾਲਾਤਾਂ ਨੂੰ ਵੇਖਦਿਆਂ ਪੰਜਾਬ ਵਿਜ਼ਾਰਤ ਵੱਲੋਂ ਕੈਦੀਆਂ ਨੂੰ ਚੰਗੇ ਆਚਰਣ आरजी रिहाई शोध ऑर्डिनेंस 2020 ਨੂੰ 15ਵੀਂ ਵਿਧਾਨ ਸਭਾ ਦੇ ਆਰ ਆਈ ਸੈਸ਼ਨ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਪੰਜਾਬ ਸਬਸਟਾਂਸ ਯੂਸ ਡਿਸਆਰਟ ਟ੍ਰੀਟਮੈਂਟ ਐਂਡ ਇੱਕ ਹੋਰ ਫੈਸਲੇ ਦੇ ਵਿੱਚ ਪੰਜਾਬ ਮੰਤਰੀ ਮੰਡਲ ਵੱਲੋਂ ਇਲਾਜ ਵਿੱਚ ਵਰਤੇ ਜਾਂਦੇ ਪਦਾਰਥ ਸਲਾਹ ਅਤੇ ਮੁਰਸਤਾਫੀ ਕੇਂਦਰਾਂ ਦੇ ਨਿਯਮ 2011 ਦੇ ਵਿੱਚ ਸੋਧ ਦੀ ਪ੍ਰਵਾਨਗੀ ਦਿੱਤੀ ਗਈ ਹੈ ਇੰਡਸਟਰੀਅਲ ਡਿਸਪਿਊਟ ਐਕਟ ਪੰਜਾਬ ਜਾਰਤ ਦੇ ਵੱਲੋਂ ਇੰਡਸਟਰੀਅਲ ਐਕਟ 1947 ਦੇ 5ਵੇਂ ਸ਼ੈਡਿਊਲ ਦੀ ਧਾਰਾ 2A 25K 25N ਤੇ 25O ਦੀ ਸੋਧ ਪ੍ਰਵਾਨ ਕਰਦਿਆ ਆਰਡੀਨੈਂਸ ਨੂੰ ਬਿੱਲ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਕੰਟਰੈਕਟ ਲੇਬਰ ਸੋ ਕੰਟਰੈਕਟ ਲੇਬਰ ਨਿਯਮਤ ਤੇ ਸਥਾਪਤੀ ਐਕਟ 1970 ਦੀ ਧਾਰਾ 1 ਉਪ ਧਾਰਾ 4 ਸਬਕਲਾਸ AB ਦੀ ਸੋਧ ਲਈ ਵਿਧਾਨ ਸਭਾ ਚੋਂ ਪੇਸ਼ ਕਰਨ ਦੇ ਲਈ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ ਅੰਤਰਰਾਸ਼ਟਰੀ ਹਵਾਈ ਅੱਡੇ ਬਣਾਉਣ ਤੇ ਬੋਲੇ ਕੇਂਦਰੀ ਮੰਤਰੀ ਪੂਰੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਕੱਢੀ ਹਵਾ ਹਲਵਾਰਾ ਚੂ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਇਹ ਕਹਿ ਕੇ ਹਵਾ ਕੱਢ ਦਿੱਤੀ ਕਿ ਇਸ ਦੇ ਸੰਬੰਧੀ ਉਹਨਾਂ ਨੂੰ ਅਜੇ ਤੱਕ ਕੋਈ ਪ੍ਰਸਤਾਵ ਪ੍ਰਾਪਤ ਨਹੀਂ ਹੋਇਆ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਐਮਪੀ ਰਵਨੀਤ ਬਿੱਟੂ ਅਮਰ ਸਿੰਘ ਸਮੇਤ ਕਾਂਗਰਸ ਦੇ ਕਈ ਛੋਟੇ ਵੱਡੇ ਆਗੂਆਂ ਵੱਲੋਂ ਲਗਾਤਾਰ ਹਲਵਾਰਾਚੂ 에어ਫੋਰਸ ਸਟੇਸ਼ਨ ਦੇ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ। ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਤੇ 2 ਦਿਨਾਂ ਤੱਕ ਰੋਕ ਬਹੁਤ ਚਰਚਿਤ ਬਲਵੰਤ ਸਿੰਘ ਮਲਤਾਨੀ ਅਗਵਾ ਤੇ ਕਤਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਉੱਤੇ 2 ਦਿਨ ਦੀ ਰੋਕ ਲੱਗ ਗਾ ਦਿੱਤੀ ਗਈ ਹੈ। ਮਾਨਯੋਗ ਮੁਹਾਲੀ ਦੀ ਅਦਾਲਤ ਵੱਲੋਂ ਸੁਮੇਧ ਸੈਣੀ ਦੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ਉੱਤੇ 27 ਅਗਸਤ ਤੱਕ ਰੋਕ ਲਾ ਦਿੱਤੀ ਆ। ਜ਼ਿਕਰ ਜੋ ਹੈ ਕਿ ਇਸ ਮਾਮਲੇ ਵਿੱਚ ਬੀਤੇ ਦਿਨੀ ਅਦਾਲਤ ਵੱਲੋਂ ਸੁਮੇਧ ਸੈਣੀ ਦੇ ਖਿਲਾਫ ਧਾਰਾ 302 ਸ਼ਾਮਲ ਕਰਨ ਦੀ ਆਗਿਆ ਦੇ ਦਿੱਤੀ ਗਈ ਸੀ ਮਾਨਯੋਗ ਅਦਾਲਤ ਨੇ ਕਿਹਾ ਸੀ ਕਿ ਸਾਬਕਾ ਡੀਜੀਪੀ ਸੈਣੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਹਨਾਂ ਨੂੰ 3 ਦਿਨਾਂ ਦਾ ਅਗਾਊਂ ਨੋਟਿਸ ਦਿੱਤਾ ਜਾਵੇਗਾ ਚੰਡੀਗੜ੍ਹ ਹਵਾਈ ਅੱਡਿਆਂ ਤੋਂ ਇੰਡੀਗੋ ਦੀ ਸੇਵਾ ਸ਼ੁਰੂ ਹੁਣ ਚੰਡੀਗੜ੍ਹ ਜੈਪੁਰ ਦਰਮਿਆਨ ਵੀ ਉੱਡਣਗੀਆਂ ਉਡਾਨਾਂ ਏਅਰਲਾਈਨ ਕੰਪਨੀ ਇੰਡੀਗੋ ਨੇ ਚੰਦੀਗੜ੍ਹ ਅਤੇ ਲਖਨਊ ਨੂੰ ਆਪਣਾ ਸੰਚਾਰ ਸੰਚਾਲਨ ਸ਼ੁਰੂ ਕਰ ਦਿੱਤਾ ਤੇ ਇਸ ਦੇ ਨਾਲ ਹੀ ਹੁਣ ਚੰਦੀਗੜ੍ਹ ਤੋਂ ਜੈਪੁਰ ਇੱਕ ਨਵੇਂ ਰੂਟ ਤੇ ਆਪਣੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਬੀਤੇ ਕੱਲ ਯਾਨੀ ਕਿ ਮੰਗਲਵਾਰ ਤੋਂ ਇੰਡੀਗੋ ਦੀ ਇੱਕ ਉਡਾਨ 48 ਯਾਤਰੀਆਂ ਨੂੰ ਲੈ ਕੇ 9:56 ਮਿੰਟ ਤੇ ਚੰਦੀਗੜ੍ਹ ਵਿਖੇ ਲੈਂਡ ਕੀਤੀ ਸੀ ਸਰਕਾਰ ਦੇ ਵੱਲੋਂ ਨਲਮਾਨ ਨਿਜ਼ਮ ਫਾਸਟ ਟੈਗ ਲੱਗਾ ਹੁਣ ਤੇ ਮਿਲੇਗਾ ਟੂਲ ਟੈਕਸ 'ਚ ਡਿਸਕਾਊਂਟ ਹਾਈਵੇ ਤੇ ਉੱਤੇ ਚੱਲਣ ਵਾਲਿਆਂ ਲਈ ਇਹ ਖਬਰ ਜਾਨਣਾ ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ ਨੇ ਡਿਜੀਟਲ ਅਦਾਇਗੀ ਨੂੰ ਉਤਸ਼ਾਹਿਤ ਕਰਨ ਲਈ ਟੋਲ ਟੈਕਸ ਬੰਦੀ ਇੱਕ ਨਿਯਮ ਬਦਲਿਆ ਹੈ। ਰਾਜਮਾਰਗ ਤੇ ਰਾਹਰ ਵਾਹਨ ਦੀ ਆਵਾਜਾਈ ਤੇ ਹੁਣ ਫਾਸਟ ਟੈਗ ਨੂੰ ਜ਼ਰੂਰੀ ਬਣਾਉਂਦਾ ਇੱਕ ਨਵਾਂ ਤਰੀਕਾ ਲੱਭਿਆ ਗਿਆ ਹੈ। ਸਰਕਾਰ ਨੇ ਹੁਣ ਇੱਕ ਨਿਯਮ ਬਣਾਇਆ ਹੈ ਕਿ ਹੁਣ ਸਿਰਫ 24 ਘੰਟਿਆਂ ਵਿੱਚ ਵਾਪਸ ਆਉਣ ਵਾਲਿਆਂ ਨੂੰ ਹੀ ਟੋਲ ਟੈਕਸ ਵਿੱਚ ਛੂਟ ਮਿਲੇਗੀ ਜਿਸ ਦੀ ਕਾਰ ਤੇ ਜਾਇਜ਼ फास्ट टैग ਲੱਗਾ ਹੋਵੇਗਾ ਭਾਵੇਂ ਤੁਸੀਂ ਨਗਦ ਅਦਾ ਕਰਕੇ ਟੋਲ ਟੈਕਸ ਅਦਾ ਕਰਦੇ ਹੋ ਤਾਂ ਤੁਹਾਨੂੰ 24 ਘੰਟਿਆਂ ਵਿੱਚ ਵਾਪਸ ਪਰਤਣ ਤੇ ਟੋਲ ਟੈਕਸ ਵਿੱਚ ਛੂਟ ਨਹੀਂ ਮਿਲੇਗੀ ਇਹ ਛੂਟ ਸਿਰਫ ਫਾਸਟ ਟੈਗ ਤੇ ਦਿੱਤੀ ਜਾਵੇਗੀ ਦਿਹਾਤੀ ਆਜੀਵਿਕਾ ਮਿਸ਼ਨ ਸਕੀਮ ਗਰੀਬ ਔਰਤਾਂ ਲਈ ਹੋ ਰਹੀ ਹੈ ਵਰਦਾਨ ਸਾਬਤ ਪੰਜਾਬ ਸਰਕਾਰ ਦੇ ਵੱਲੋਂ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਦੇਖਰੇਖ ਅਧੀਨ ਜ਼ਿਲ੍ਹਾ ਮੋਗਾ ਵਿਖੇ ਪੀ ਐਸ ਆਰ ਐਲ ਐਮ ਪੰਜਾਬ ਸਟੇਟ ਰੂਲਰ ਲਵਲੀਹੁੱਡ ਮਿਸ਼ਨ ਸਕੀਮ ਦੇ ਅਧੀਨ ਗਰੀਬ ਵਰਗ ਦੀਆਂ ਪਿੰਡੂ ਔਰਤਾਂ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਹਨ ਜਿਸ ਦੇ ਅਧੀਨ ਉਹਨਾਂ ਨੂੰ ਰੁਜ਼ਗਾਰ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾ ਕੇ ਗਰੀਬੀ ਵਿੱਚੋਂ ਬਾਹਰ ਕੱਢਣ ਦੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਇਹ ਸਕੀਮ ਪਿੰਡਾਂ ਦੀਆਂ ਗਰੀਬ ਔਰਤਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਸ ਦੇ ਅਧੀਨ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਦੇ ਹਨ ਜ਼ਮੀਨ ਬਦਲੇ ਨਕਦ ਰਕਮ ਲੈ ਕੇ ਸ਼ਹੀਦ ਸੈਨਿਕਾਂ ਦੇ ਵਾਰਿਸ ਜ਼ਿਲ੍ਹਾ ਰੱਖਿਆ ਸੇਵਾਮੁਖੀ ਅਫਸਰ ਮੋਗਾ ਕਰਨਾਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਲ 1962 ਤੇ 65 ਦੀਆਂ ਲੜਾਈਆਂ ਦੌਰਾਨ ਪੱਕੇ ਨਕਾਰਾ ਹੋਏ ਸੈਨਿਕ ਸ਼ਹੀਦਾਂ ਤੇ ਸੈਨਿਕ ਦੀ ਵਿਧਵਾ ਜਾਂ ਮਾਪੇ ਜਾਂ ਬੱਚੇ ਅਤੇ ਸਾਲ 1971 ਦੀ ਲੜਾਈ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾ ਨੂੰ ਸੂਚਿਤ ਕਰਕੇ ਦੱਸਿਆ ਗਿਆ ਹੈ ਕਿ ਮੋਗਾ ਜ਼ਿਲ੍ਹੇ 'ਚ ਅਜਿਹੇ ਕੇਸ ਜਿਨ੍ਹਾਂ ਨੇ 4 ਜਨਵਰੀ 2002 ਜਾਂ ਇਸ ਤੋਂ ਪਹਿਲਾਂ ਕਦੇ ਵੀ ਜ਼ਮੀਨ ਦਾ ਲਾਭ ਲੈਣ ਸੰਬੰਧੀ ਪੱਤਰ ਵਿਹਾਰ ਕੀਤਾ ਹੋਵੇ ਅਤੇ ਪੱਤਰ ਵਿਹਾਰ ਦੌਰਾਨ ਕਿਸੇ ਕਾਰਨ ਕੇਸ ਅਧੂਰਾ ਰਹਿ ਗਿਆ ਹੋਵੇ ਜਾਂ ਜ਼ਮੀਨ ਅਲਾਟ ਨਾ ਹੋਈ ਹੋਵੇ ਤਾਂ ਜ਼ਮੀਨ ਦੇ ਬਦਲੇ ਨਗਦ ਰਾਸ਼ੀ ਦੇਣ ਹਿਤ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਪੱਤਰ ਹੋਇਆ ਹੈ 14 ਸਤੰਬਰ ਤੋਂ 1 ਅਕਤੂਬਰ ਤੱਕ ਹੋਏਗਾ ਸੰਸਦ ਦਾ ਮਾਨਸੂਨ ਸੈਸ਼ਨ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਹੋਵੇਗਾ ਕੋਵਿਡ ਮਹਾਮਾਰੀ ਦੇ ਕਾਰਨ ਇਸ ਵਾਰ ਸੈਸ਼ਨ ਆਮ ਦੇ ਨਾਲੋਂ ਵੱਖਰਾ ਹੋਵੇਗਾ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਨਵੇਂ ਢੰਗ ਤਰੀਕੇ ਵਰਤੇ ਜਾਣਗੇ ਜਿਵੇਂ ਲੋਕ ਰਾਜ ਸਭਾ ਦੇ ਚੈਂਬਰ ਅਤੇ ਗੈਲਰੀ ਦੇ ਮੈਂਬਰਾਂ ਨੂੰ ਬਿਠਾਉਣ ਦੇ ਲਈ ਇਸਤੇਮਾਲ ਕਰਨਾ ਆਦ ਰਾਜ ਸਭਾ ਸਖਤਰੇਤ ਦੇ ਅਨੁਸਾਰ ਉੱਪਰਲੇ ਸਦਨ ਵਿੱਚ ਮੈਂਬਰਾਂ ਨੂੰ ਸੈਸ਼ਨ ਦੌਰਾਨ ਦੂਵੇਂ ਚੈਂਬਰ ਅਤੇ ਗੈਲਰੀਆਂ ਵਿੱਚ ਬਿਠਾਇਆ ਜਾਵੇਗਾ 1952 ਤੋਂ ਭਾਰਤੀ ਸੰਸਦ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇਹੀ ਵਿਵਸਥਾ ਲਾਗੂ ਕੀਤੀ ਹੋਏ ਜਿੱਥੇ 60 ਮੈਂਬਰ ਚੈਂਬਰ ਅਤੇ 51 ਰਾਜ ਸਭਾ ਦੀਆਂ ਗੈਲਰੀਆਂ ਵਿੱਚ ਅਤੇ ਬਾਕੀ 132 ਲੋਕ ਸਭਾ ਦੇ ਚੈਂਬਰ ਵਿੱਚ ਬੈਠਣਗੇ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਕੱਟੜ ਫੈਨਸ ਨੂੰ ਗੀਤਕਾਰ ਮੱਟ ਸ਼ਿਰੋਵਾਲ ਨੇ ਦਿੱਤੀ ਨੇਕ ਸਲਾਹ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਵਿਚਾਲੇ ਵਿਵਾਦ ਪੱਖ ਦਾ ਜਾ ਰਿਹਾ ਹੈ ਬੀਤੇ ਦਿਨ ਸਿੱਧੂ ਮੂਸੇਵਾਲਾ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਬੱਬੂ ਮਾਨ ਦੇ ਪ੍ਰਸ਼ਾਸਕਾਂ ਨੂੰ ਜਵਾਬ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਗੀਤਕਾਰ ਮੱਟ ਸ਼ਿਰੋਵਾਲ ਨੇ ਇਸ ਵਿਵਾਦ ਤੇ ਆਪਣਾ ਪੱਖ ਰੱਖਦਿਆਂ ਉਹਨਾਂ ਨੇ ਕਿਹਾ ਕਿ ਕਿਸੇ ਦਾ ਫੈਨ ਹੋਣਾ ਗਲਤ ਨਹੀਂ ਉਹਨਾਂ ਨੇ ਕਿਹਾ ਇੱਕ ਦੂਜੇ ਦੀ ਲੜਾਈ ਵਿੱਚ ਨਹੀਂ ਪੈਣਾ ਚਾਹੀਦਾ ਆਪਣੇ ਦਿਮਾਗ ਨੂੰ ਚੰਗੇ ਕੰਮਾਂ ਤੇ ਲਾਉਣਾ ਚਾਹੀਦਾ ਹੈ ਸਿੱਧੂ ਮੂਸੇਵਾਲੇ ਤੇ ਬੱਬੂ ਮਾਨ ਦੇ ਪ੍ਰਸ਼ਾਸਕਾਂ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮੱਦੇਨਜ਼ਰ ਉਸਨੇ ਇਹ ਗੱਲਾਂ ਸਾਂਝੀਆਂ ਕੀਤੀਆਂ ਅੜਬ ਪੰਜਾਬੀ ਗੀਤ ਵਿਚਲੇ ਸ਼ਬਦਾਂ ਨੂੰ ਲੈ ਕੇ ਔਕੇ ਸਿੱਧੂ ਮੂਸੇਵਾਲੇ ਲਾਈਵ ਹੋ ਕੇ ਬੱਬੂ ਮਾਨ ਦੇ ਪ੍ਰਸ਼ਾਸਕਾਂ ਤੇ ਗੰਭੀਰ ਇਲਜ਼ਾਮ ਲਗਾਏ ਹਨ ਸਿੱਧੂ ਮੂਸੇਵਾਲਾ ਨੇ ਕਿਹਾ ਲਾਈਵ ਹੋ ਕੇ ਕਿਹਾ ਕਿ ਕੁਝ ਲੋਕ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਤੇ ਆਵਾਤਾਵਾ ਬੋਲਦੇ ਹਨ ਜੋ ਕਿ ਹੋਸ਼ੀਆਂ ਹਰਕਤਾਂ ਕਰਦੇ ਹਨ ਸੁੱਧੂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕਿਸੇ ਤੋਂ ਵੀ ਕੋਈ ਤਕਲੀਫ ਆਤੋਂ ਉਹ ਉਸਦੇ ਪਿੰਡ ਆ ਕੇ ਗੱਲਬਾਤ ਕਰ ਸਕਦੇ ਹਨ ਬੰਦ ਹੋਣ ਵਾਲਾ ਹਨ 2000 ਦੇ ਨੋਟ ਜਾਨੋ ਪੂਰਾ ਮਾਮਲਾ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ ਇਸ ਸਮੇਂ ਦੌਰਾਨ 2000 ਦੇ ਨੋਟਾਂ ਦਾ ਪਸਾਰ ਘਟ ਰਿਹਾ ਹੈ ਇਹ ਜਾਣਕਾਰੀ ਰਿਜ਼ਰਵ ਬੈਂਕ 2019-20 ਦੀ ਸਾਲਾਨਾ ਰਿਪੋਰਟ ਵਿੱਚ ਦਿੱਤੀ ਗਈ ਹੈ ਰਿਪੋਰਟ ਦੇ ਅਨੁਸਾਰ ਮਾਰਚ 2000 18 ਦੇ ਅੰਤ ਵਿੱਚ ਚੱਲ ਰਹੇ 2000 ਨੋਟਾਂ ਦੀ ਸੰਖਿਆ 33632 ਲੱਖ ਸੀ ਜੋ ਕਿ ਮਾਰਚ 2019 ਤੱਕ 32910 ਲੱਖ ਰਹਿ ਗਈ ਤੇ ਮਾਰਚ 2020 ਤੱਕ 2000 ਦੇ ਨੋਟਾਂ ਦੀ ਗਿਣਤੀ ਹੋਰ ਕੱਟ ਕੇ 27398 ਲੱਖ ਹੋ ਗਈ ਰਿਪੋਰਟ ਦੇ ਅਨੁਸਾਰ ਬਾਜ਼ਾਰ ਦੇ ਵਿੱਚ ਕੁੱਲ ਮੁਦਰਾ ਵਿੱਚ 2000 ਦੇ ਨੋਟਾਂ ਦਾ ਹਿੱਸਾ 2.4% ਹੀ ਰਹਿ ਗਿਆ ਹੈ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਠਾਕਰ ਨੇ ਸੋਸ਼ਲ ਮੀਡੀਆ ਤੇ 2000 ਰੁਪਏ ਦੇ ਨੋਟ ਬੰਦ ਹੋਣ ਦੀ ਖਬਰ ਨੂੰ ਨਕਾਰਦਿਆ ਕਿਹਾ ਕਿ ਇਸ ਵੇਲੇ ਸਰਕਾਰ 2000 ਰੁਪਏ ਦੇ ਨਹੀਂ ਰਹੀ ਨੋਟ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕੋਵਿਡ 19 ਮਹਾਮਾਰੀ ਦੇ ਵਿੱਚਕਾਰ ਭਾਰਤ ਨੂੰ ਟਿਕਾਊ ਵਿਕਾਸ ਦੇ ਰਾਹ ਉਤੇ ਵਾਪਸ ਲਏ ਜਾਣ ਦੇ ਅਤੇ ਡੂੰਘੇ ਵਿਆਪਕ ਸੁਧਾਰਾਂ ਦੀ ਜ਼ਰੂਰਤ ਹੈ ਕੇਂਦਰੀ ਬੈਂਕ ਨੇ ਚੇਤਾਵਨੀ ਦਿੱਤੀ ਇਸ ਮਹਾਮਾਰੀ ਕਰਕੇ ਦੇਸ਼ ਸੰਬਤ ਵਿਕਾਸ ਦਰਾਂ ਦੇ ਹੇਠਾਂ ਆ ਜਾਵੇਗੀ ਸਿੰਬਲ ਦਾ ਟਵੀਟ ਅਹੁਦਾ ਨਹੀਂ ਦੇਸ਼ ਅਹਿਮੀਅਤ ਰੱਖਦਾ ਬਾਜ਼ਾਰ ਮੁੜ ਗਰਮ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਵਿਵਾਦ ਦੇ ਵਿੱਚ ਕਰ ਕਪਿਲ ਸਿਬਲ ਨੇ ਮੰਗਲਵਾਰ ਨੂੰ ਇੱਕ ਹੋ ਟਵੀਟ ਕੀਤਾ ਜਿਸ ਤੋਂ ਬਾਅਦ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਜੀ ਇਸ ਦੇ ਨਾਲ ਸਪਸ਼ਟ ਹੋ ਗਿਆ ਕਿ ਕਾਂਗਰਸ ਦੇ ਵਿੱਚ ਚੱਲ ਰਿਹਾ ਵਿਵਾਦ ਅਜੇ ਖਤਮ ਨਹੀਂ ਹੋਇਆ ਹਾਲਾਂਕਿ ਸਿਬਲ ਨੇ ਆਪਣੇ ਟਵੀਟ ਵਿੱਚ ਦੇਸ਼ ਦੇ ਕਿਸੇ ਵੀ ਅਹੁਦੇ ਤੋਂ ਮਹੱਤਵਪੂਰਨ ਦੱਸਿਆ ਵਦੇਸ਼ੀ ਫਲਾਈਟ ਭੜਨ ਤੋਂ ਪਹਿਲਾਂ ਦਿਖਾਣਾ ਪਵੇਗਾ ਕਰੋਨਾ ਨੈਗੇਟਿਵ ਸਰਟੀਫਿਕੇਟ ਸਰਕਾਰ ਕਰ ਰਹੀ ਹੈ ਵਿਚਾਰ ਕੇਂਦਰ ਸਰਕਾਰ ਵੱਲੋਂ ਭਾਰਤ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣ ਦੇ ਲਈ ਕਹਿ ਸਕਦੀ ਹੈ ਇਹ ਫੈਸਲਾ ਕੇਂਦਰ ਫੈਸਲਾ ਲੈਣ ਦੇ ਲਈ ਮਜਬੂਰ ਹੋ ਰਿਹਾ ਜਦੋਂ ਹਾਂਗਕਾਂਗ ਨੇ 31 ਅਗਸਤ ਤੱਕ ਏਅਰ ਆਈ ਦੇ ਉਡਾਨਾਂ ਤੇ ਪਾਬੰਦੀ ਲਾਈ ਹੈ ਬਦਲਣ ਵਾਲਾ ਹੈ ਮੋਬਾਈਲ ਸਿਮ ਕਨੈਕਸ਼ਨ ਨਾਲ ਜੁੜਿਆ ਇਹ ਵੱਡਾ ਨਿਜ਼ਮ ਪ੍ਰੀਪੇਡ ਮੋਬਾਈਲਾ ਨੂੰ ਪੋਸਟਪੇਡ ਤੋਂ ਬਦਲਣਾ ਹੋਣ ਆਸਾਨ ਹੋਵੇਗਾ ਮੋਬਾਈਲ ਗਾਹਕ ਹੁਣ ਪ੍ਰੀਪੇਡ SIM ਕਾਰਡ ਨੂੰ ਪੋਸਟਪੇਡ ਵਿੱਚ ਬਦਲਣ ਲਈ ਦੁਬਾਰਾ ਵੈਰੀਫਿਕੇਸ਼ਨ ਨਹੀਂ ਕਰਵਾਉਣੀ ਪਵੇਗੀ ਇਸ ਲਈ ਸਿਰਫ OTP ਦੇ ਨਾਲ ਗਾਹਕ ਦਾ ਕੰਮ ਆਸਾਨ ਹੋ ਜਾਵੇਗਾ ਦੱਸਿਆ ਗਿਆ ਕਿ ਹੁਣ ਇੱਕ OTP ਨਾਲ ਹੀ ਗਾਹਕਾਂ ਦਾ ਪੋਸਟਪੇਡ ਕਨੈਕਸ਼ਨ ਸ਼ੁਰੂ ਹੋ ਜਾਵੇਗਾ ਪੰਜਾਬ ਦੀ ਇੱਕ ਸਿਆਸਤ ਨੂੰ ਕਰੋਨਾ ਨੇ ਮਚਾਈ ਤੜਥੱਲੀ ਚਾਰ ਮੰਤਰੀਆਂ ਸਾਣੇ ਹੁਣ ਤੱਕ ਇਹ ਆਗੂ ਹੋ ਚੁੱਕੇ ਹਨ ਕਰੋਨਾ ਦਾ ਸ਼ਿਕਾਰ ਸੋ ਪੰਜਾਬ ਚੋ ਕਰੋਨਾ ਮਹਾਮਾਰੀ ਭਿਆਨਕ ਰੂਪ ਧਾਰਨ ਕੀਤਾ ਹੋਇਆ ਜੀ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਕਰੋਨਾ ਪੀੜਤ ਮਰੀਜ਼ ਸਾਹਮਣੇ ਆ ਰਹੇ ਹਨ ਉੱਤੇ ਹੀ ਸੂਬੇ ਦੇ ਅੰਦਰ ਕਰੋਨਾ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਦਿਨੋ ਦਿਨ ਵਧਦੀ ਜਾ ਰਹੀ ਹੈ ਕਰੋਨਾ ਮਹਾਮਾਰੀ ਤੋਂ ਪੰਜਾਬ ਦੀ ਸਿਆਸਤ ਵੀ ਆ ਛੁੱਟੀ ਨਹੀਂ ਆ ਪੰਜਾਬ ਦੇ ਕਈ ਸਿਆਸੀ ਆਗੂ ਹੁਣ ਇਸ ਭਿਆਨਕ ਬਿਮਾਰੀ ਦਾ ਸ਼িকার ਹੋ ਚੁੱਕੇ ਹਨ ਜਿਨ੍ਹਾਂ ਦੇ ਵਿੱਚ ਜੀ ਕੈਬਨਟ ਮੰਤਰੀ ਸ਼ਾਮਸੁੰਦਰ ਅਰੋੜਾ ਕੈਬਨਟ ਮੰਤਰੀ ਸੁਖਜਿੰਦਰ ਰੰਦਾਵਾ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਟਿਆਲਾ ਦੇ ਦੋ ਵਿਧਾਇਕਾਂ ਦੀ ਰਿਪੋਰਟ ਵੀ ਕਰੋਨਾ ਪੋਜ਼ਿਟਿਵ ਆਈ ਹੈ ਜੀ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਪੱਟੀ ਆਪ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਸੀਨੀਅਰ ਅਕਾਲੀ ਆਗੂ ਰੋਜੀ ਬਕਰਨਦੀ ਸ਼ਾਮਲ ਹਨ ਸਲਤਾਨਪੁਰ ਲੋਧੀ ਚੂ ਸ਼ਰਦਾ ਦੇ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਮਨੁੱਖਤਾ ਤੇ ਰਹਿਬਰ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੂਰਵ ਦੇ ਇਲਾਕੇ ਦੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਪੁਰਾਤਨ ਘਰ ਸਥਾਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਗੁਰੂ ਬਾਗ ਸਾਹਿਬ ਸਲਤਾਨਪੁਰ ਲੋਧੀ ਵਿਖੇ ਬੜੇ ਸ਼ਰਦਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਸਾਰਾ ਦਿਨ ਗੁਰਬਾਣੀ ਦਾ ਜਸ ਚੱਲਿਆ ਤੇ ਲੰਗਰ ਵੀ ਵਰਤਾਇਆ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਵਿੱਤ ਮੰਤਰੀ ਪੰਜਾਬ ਨੇ ਕਰਮਚਾਰੀਆਂ ਦੇ ਤਹਿ ਮੀਟਿੰਗ ਸੰਬੰਧੀ ਦਿੱਤਾ ਵੱਡਾ ਬਿਆਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਅਪੀਲ ਤੇ ਕਰਮਚਾਰੀਆਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਗਈ ਇਸ ਦੇ ਸੰਬੰਧਤ ਮੀਟਿੰਗ ਅੱਜ ਹੋਣੀ ਸੀ ਜਿਸ ਨੂੰ ਮਨਪ੍ਰੀਤ ਬਾਦਲ ਨੇ ਇਹ ਕਹਿੰਦੇ ਹੋਏ ਟਾਲ ਦਿੱਤਾ ਕਿ ਉਹਨਾਂ ਦੇ ਕੋਲੇ ਮੀਟਿੰਗ ਕਰਨ ਲਈ ਕੋਈ ਸਮਾਂ ਨਹੀਂ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਗ੍ਰਿਫਤਾਰੀ ਤੋਂ ਬਚਣ ਦੇ ਲਈ ਸਾਬਕਾ ਡੀਜੀਪੀ ਸੈਣੀ ਨੇ ਖੜਕਾਇਆ ਹਾਈ ਕੋਰਟ ਦਾ ਬੂਹਾ ਕਾਰ ਸਵਾਰ ਲੁਟੇਰਿਆਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ ਨਗਦੀ ਤੇ ਮੋਬਾਈਲ ਖੋ ਕੇ ਹੋਏ ਫਰਾਰ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਇਹ ਲੁਧਿਆਣਾ ਤੋਂ ਆ ਰਹੀ ਹੈ ਜੀ ਜਿੱਥੇ ਸ਼ਹਿਰ ਦੇ ਵਿੱਚ ਬੇਖੌਫ ਚੋਰਾਂ ਨੂੰ ਪੁਲਿਸ ਦਾ ਵੀ ਖੌਫ ਨਹੀਂ ਰਿਹਾ ਤੇ ਹਰ ਰੋਜ਼ ਚੋਰੀ ਦੀਆਂ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋਨਾ ਹੋਇਆ 5000 ਰੁਪਏ ਪ੍ਰਤੀ ਗ੍ਰਾਮ ਸਸਤਾ ਬਿਲਕੁਲ ਤੁਸੀਂ ਠੀਕ ਸੁਣਿਆ ਜੀ ਵੱਡੀ ਖਬਰ ਆ ਵਿਦੇਸ਼ੀ ਮਾਰਕੀਟ ਦੇ ਵਿੱਚ ਸੋਨੇ ਦੀ ਕੀਮਤ 28% ਦੀ ਕਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਵਧ ਰਹੀਆਂ ਉਮੀਦਾਂ ਦੇ ਚੱਲਦਿਆਂ ਸੋਨੇ ਦੀ ਕੀਮਤ ਵਿੱਚ ਦੁਨੀਆ ਭਰ ਦੇ ਵਿੱਚ ਘਟ ਰਹੀਆਂ ਹਨ ਤੇ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 1929 ਡਾਲਰ ਪ੍ਰਤੀ ਆਉਂਸ ਤੇ ਆ ਗਈ ਹੈ ਮਾਹਰ ਕਹਿੰਦੇ ਹਨ ਕਿ ਕਰੋਨਾ ਵਾਇਰਸ ਦਾ ਟੀਕਾਕਰਨ ਦੇਰੀ ਹੋ ਸਕਦੀ ਹੈ ਪਰ ਇਲਾਜ ਦੀ ਉਮੀਦ ਹੈ ਕਈ ਥੈਰੇਪੀ ਦੇ ਨਤੀਜੇ ਵੀ ਚੰਗੇ ਦੇਖੇ ਜਾ ਰਹੇ ਹਨ ਤੇ ਉੱਚ ਪੱਧਰ ਤੋਂ سونے ਦੀਆਂ ਕੀਮਤਾਂ ਵਿੱਚ 5000 ਰੁਪਏ ਦੀ ਗਰਾਵਟਾਈ ਆ ਜੀ سونے ਦੀ ਕੀਮਤ 56200 ਤੋਂ ਘਟ ਕੇ 51000 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਆ ਤੇ 12000 ਰੁਪਏ ਪ੍ਰਤੀ ਕਿਲੋ ਚਾਂਦੀ ਵੀ ਸਸਤੀ ਹੋ ਗਈ ਆ ਏਜੀਆਰ ਭੁਗਤਾਨ ਨਾਲ ਸੰਕਟ ਵਧਿਆ ਦੇਸ਼ 'ਚ ਸਿਰਫ ਦੋ ਹੀ ਟੈਲੀਕਾਮ ਰਹਿ ਕੰਪਨੀਆਂ ਰਹਿ ਜਾਣਗੀਆਂ ਸੁਨੀਲ ਮਿੱਤਰ ਸੋ Airtel ਦੇ ਮੁਖੀ ਸੁਨੀਲ ਮਿੱਤਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸਿਰਫ ਦੋ ਟੈਲੀਕਾਮ ਕੰਪਨੀਆਂ ਦੀ ਹੋਂਦ ਰਹਿ ਸਕਦੀ ਹੈ ਜੀ। ਉਹਨਾਂ ਨੇ ਕਿਹਾ ਜੀ ਆਰਥਿਕ ਸੰਕਟ ਦੇ ਚੱਲਦਿਆਂ ਪੈਦਾ ਹੋਈ ਸਥਿਤੀ ਤੇ ਦੇਸ਼ 'ਚ ਸਿਰਫ ਦੋ ਟੈਲੀਕਾਮ ਕੰਪਨੀਆਂ ਰਹਿ ਜਾਣਗੀਆਂ। ਭਾਰਤੀ Airtel ਦੇ ਚੇਅਰਮੈਨ ਟੈਲੀਕਾਮ ਸੈਕਟਰ 'ਚੋਂ ਪੈਦਾ ਹੋਏ ਆਰਥਿਕ ਦਬਾਅ ਦੇ ਚੱਲਦਿਆਂ ਕਾਰੋਬਾਰ 'ਚ ਦੋ ਕੰਪਨੀਆਂ ਹੀ ਸੀਮਤ ਹਨ। ਸੋ ਦੋਸਤੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਸੁਖਬੀਰ ਬਾਦਲ ਦੀ ਹੱਲਾਸ਼ੇਰੀ ਨੇ ਵਿਧਾਇਕ ਅਕਾਲੀਆਂ ਦੇ ਹੌਸਲੇ ਲੋਕਾਂ 'ਚ ਵਧਣ ਲੱਗੇ ਹੈਜ਼ ਤੇ ਇਸ ਦੇ ਨਾਲ ਹੀ ਆਪਾਂ ਕਰਦੇ ਹਾਂ ਜੀ ਖਬਰਾਂ ਦੀ ਸਮਾਪਤੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ